ਤੁਹਾਨੂੰ ਲਾਈਵ ਅਸੀਂ ਦਿਖਾ ਰਹੇ ਹਾਂ। ਅਮਰੀਕਾ ਦੇ ਵਿੱਚ ਸੋਹਣ ਸੁੱਖ ਸਮਾਗਮ ਚੱਲ ਰਿਹਾ ਹੈ। ਜੋ ਬਾਈਡਨ ਅਗਲੇ ਕੁਝ ਪਲਾਂ ਦੇ ਵਿੱਚ ਰਾਸ਼ਟਰਪਤੀ ਤੇ ਕਮਲਾ ਹੈਰਿਸ ਅਗਲੇ ਕੁਝ ਪਲਾਂ ਦੇ ਵਿੱਚ ਉਪ ਰਾਸ਼ਟਰਪਤੀ ਬਣ ਜਾਣਗੇ ਅਮਰੀਕਾ ਦੇ। ਕਮਲਾ ਹੈਰਿਸ ਦੇ ਪਿੰਡ ਜਿੱਥੋਂ ਦੇ ਉਹਦੇ ਮਾਤਾ ਜੀ ਸੀਗੇ ਉੱਥੇ ਇਸ ਵੇਲੇ ਬੜੀਆਂ ਰੌਣਕਾਂ ਨੇ ਔਰ ਕਮਲਾ ਹੈਰਿਸ ਦੀਆਂ ਜੜ੍ਹਾਂ ਭਾਰਤ ਨਾਲ ਵੀ ਜੁੜੀਆਂ ਹੋਈਆਂ ਔਰ ਕਮਲਾ ਹੈਰਿਸ ਦੇ ਮਾਤਾ ਆਪਾਂ ਸਾਰੇ ਜਾਣਦੇ ਹਾਂ ਕਿ ਬੜੀ ਛੋਟੀ ਉਮਰ ਦੇ ਵਿੱਚ ਪੜ੍ਹਨ ਲਈ ਉਹ ਅਮਰੀਕਾ ਗਏ ਸੀ ਉਸ ਜ਼ਮਾਨੇ ਦੇ 60 ਦੇ ਵਿੱਚ ਤੇ ਫਿਰ ਮੁੜ ਕੇ ਉਹਨਾਂ ਦਾ ਵਿਆਹ ਹੋਇਆ ਇੱਕ ਜਮੈਕਨ ਵਿਅਕਤੀ ਦੇ ਨਾਲ ਉਹਦੇ 'ਚ ਬੱਚੇ ਦੋ ਬੇਟੀਆਂ ਪੈਦਾ ਹੋਈਆਂ ਤਾਂ ਕਮਲਾ ਹੈਰਿਸ ਦੇ ਉੱਤੇ ਉਹਦੀ ਮਾਂ ਦਾ ਬੜਾ ਡੂੰਘਾ ਅਸਰ ਹੈ ਕਿਉਂਕਿ ਮਾਂ ਨੇ ਹੀ ਫਿਰ ਬਾਅਦ 'ਚੋਂ ਪਾਲਿਆ ਵੱਡਾ ਕੀਤਾ ਪੜ੍ਹਾਇਆ ਤਾਂ ਮਾਂ ਦੀਆਂ ਸਿੱਖਿਆਵਾਂ ਮਾਂ ਦਾ ਬੜਾ ਡੂੰਘਾ ਅਸਰ ਹੈ ਕਮਲਾ ਹੈਰਿਸ 'ਤੇ ਇਸੇ ਕਰਕੇ ਉਹਨੂੰ ਭਾਰਤ ਬਾਰੇ ਬਹੁਤ ਕੁਛ ਪਤਾ ਹੈ ਅਤੇ ਉਹਦੀਆਂ ਮਾਸੀਆਂ ਉਹਦੇ ਹੋਰ ਰਿਸ਼ਤੇਦਾਰ ਜਿਹੜੇ ਆ ਨਾਨਕੇ ਪਰਿਵਾਰ ਦੇ ਉਹ ਬੜੇ ਖੁਸ਼ ਨੇ ਇਸ ਵੇਲੇ ਕਿ ਉਹਨਾਂ ਦੀ ਧੀ ਅਮਰੀਕਾ ਦੀ ਪਹਿਲੀ ਵਾਰ ਇਤਿਹਾਸ ਦੇ ਵਿੱਚ ਇੱਕ ਬਲੈਕ ਵੁਮੈਨ ਬਲੈਕ ਔਰ ਏਸ਼ੀਅਨ ਵੁਮੈਨ ਕਹਿ ਸਕਦੇ ਹੋ ਭਾਰਤੀ ਮੂਲ ਮਿਕਸ ਹੈ ਅਤੇ ਨਾਲੇ ਪਹਿਲੀ ਔਰਤ ਅਮਰੀਕਾ ਦੀ ਉਪ ਰਾਸ਼ਟਰਪਤੀ ਬਣਨ ਜਾ ਰਹੀ ਹੈ ਅਗਲੇ ਕੁਝ ਪਲਾਂ ਦੇ ਵਿੱਚ ਤੁਹਾਨੂੰ ਲਾਈਵ ਦਿਖਾਉਂਦੇ ਜਾਵਾਂਗੇ। ਲੇਕਿਨ ਦੂਜੇ ਪਾਸੇ ਅੱਜ ਦੀ ਬੜੀ ਵੱਡੀ ਖਬਰ ਬਹੁਤ ਵੱਡੀ ਖਬਰ ਭਾਰਤ ਤੋਂ ਵੀ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਅਤੇ ਹਮੇਸ਼ਾ ਦੀ ਤਰ੍ਹਾਂ ਉਸ ਜਾਣਕਾਰੀ ਲੈ ਕੇ ਲੇਟੈਸਟ ਬਿਲਕੁਲ ਲੇਟੈਸਟ ਜਾਣਕਾਰੀ ਲੈ ਕੇ ਸਰਦਾਰ ਦਤਾਰ ਸਿੰਘ ਹੋਰੀ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮੇਰੇ ਨਾਲ ਇਸ ਵੇਲੇ ਲਾਈਨ 'ਤੇ ਨੇ ਦਿੱਲੀ ਤੋਂ ਹੀ। ਦਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਹੈ? ਬਹੁਤ ਅੱਛਾ ਜੀ। ਪਹਿਲਾਂ ਤਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਪਿਤਾ ਦੇ ਗੁਰਪੁਰਬ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਜੀ। ਮੈਂ ਬਹੁਤ ਹੀ ਵੱਡਾ ਫੈਨ ਹਾਂ ਉਹਨਾਂ ਦਾ, ਆਪਣੀ ਛੋਟੀ ਜ਼ਿੰਦਗੀ ਤੋਂ ਅੱਜ ਵੀ ਉਹਨਾਂ ਹੀ ਆ, ਸਗੋਂ ਵੱਧ ਰਿਹਾ ਜੀ। ਪਤਾ ਨਹੀਂ ਕਿਤੇ ਉਹਨਾਂ ਦਾ ਜਿਹੜਾ ਉਹ ਖੂਨ ਜਿਹੜਾ ਸਾਡੀਆਂ ਰਗਾਂ 'ਚ ਦੌੜਦਾ, ਕਿਤੇ ਇਹੀ ਅੰਦਰ ਜਿਹੜਾ ਇਨਕਲਾਬ ਹੈ ਸਾਡੇ ਅੰਦਰ, ਜਜ਼ਬਾਤ ਨੇ ਜਿਹੜੇ ਸਾਡੇ, ਵਿਦਰੋਹ ਕਹਿ ਲਓ ਜਿਹੜੇ ਸਾਡੇ ਅੰਦਰ, ਇਹ ਇੱਕ ਤਰ੍ਹਾਂ ਦੀ ਅੱਗ ਹੈ ਜਿਹੜੀ ਲੜਨ ਦੀ, ਇਹ ਮੇਰੇ ਖਿਆਲ ਕਿਤੇ ਨਾ ਕਿਤੇ ਵਿਰਸੇ 'ਚੋਂ ਆਈ ਹੈ। ਮੈਂ ਬੜੀ ਡੀਪ ਸਟੱਡੀ ਕੀਤੀ ਆ ਸਿੱਖ ਧਰਮ ਤੇ, ਕਾਫੀ ਪੜ੍ਹਿਆ ਮੈਂ ਜੀ। ਐਕਚੁਅਲੀ ਮੈਂ ਕਈ ਵਾਰੀ ਇਹ ਵੀ ਕਹਿੰਦਾ ਕਿ ਮਾਨ ਨਾਲ ਕਿਹਾ ਜਾ ਸਕਦਾ ਕਿ ਥਿਊਰੀ ਆਫ ਕਲਾਸਟ੍ਰਿਕਲ ਜਿਹੜੀ ਮਾਰਕਸ ਦੀ ਹੈ, ਉਹਦਾ ਨੀਂਹ ਮਾਰਕਸ ਨੇ ਵੀ ਗੁਰੂ ਨਾਨਕ ਸਾਹਿਬ ਨੇ ਰੱਖੀ ਆ। ਬਿਲਕੁਲ, ਉਹਨਾਂ ਨੇ ਕਿਹਾ ਹਾਂਜੀ ਹਾਂਜੀ, ਵੰਡ ਛਕੋ, ਕਿਰਤ ਕਰੋ ਤੇ ਵੰਡ ਛਕੋ। ਹਾਂ ਬਿਲਕੁਲ ਬਿਲਕੁਲ, ਮੈਂ ਬੜੇ ਭਾਗਾਂ ਵਾਲਾ ਜੀ। ਪਿਛਲੇ ਸਾਲ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਦੋਂ ਗੁਰਪੁਰਬ ਸੀ, ਕੋਰੀਡੋਰ ਖੁੱਲਿਆ ਸੀ, ਉੱਥੇ ਜਾਣ ਦਾ ਮੌਕਾ ਮਿਲਿਆ। ਉਸ ਪਵਿੱਤਰ ਧਰਤੀ ਦੇ ਦਰਸ਼ਨ ਕਰਕੇ ਆਇਆ ਜੀ, ਕਰਤਾਰਪੁਰ ਸਾਹਿਬ ਸਾਰੇ ਹੋ ਕੇ ਆਇਆ ਤੇ ਅਸੀਂ ਹੁਣ ਲਾਈਵ ਟੈਲੀਕਾਸਟ ਕਰਦੇ ਹਾਂ ਜੀ। ਉੱਥੋਂ ਵਰਲਡ 'ਚ ਪਹਿਲੀ ਵਾਰ ਪ੍ਰਵਾਸੀ ਨੇ ਇਤਿਹਾਸ ਰਚਿਆ ਹੈ, ਅਸੀਂ ਡੇਲੀ ਉੱਥੋਂ ਲਾਈਵ ਟੈਲੀਕਾਸਟ ਸ਼ੁਰੂ ਕੀਤਾ ਜੀ ਕੀਰਤਨ ਦਾ। ਅੱਛਾ ਅੱਛਾ ਅੱਛਾ, ਚਲੋ ਮਿਹਰਬਾਨੀ ਦਤਾਰ ਸਿੰਘ ਜੀ, ਸਮਾਂ ਵੀ ਥੋੜ੍ਹਾ ਹੈ, ਦੱਸੋ ਅੱਜ ਫਿਰ ਮੀਟਿੰਗ ਹੋਈ ਹੈ, ਅੱਜ ਤੇ ਬੜੀ ਵੱਡੀ ਡਿਵੈਲਪਮੈਂਟ ਹੋਈ ਹੈ, ਕੇਂਦਰ ਸਰਕਾਰ ਕਾਫੀ ਅੱਗੇ ਆ ਗਈ ਹੈ, 1.5 ਸਾਲ ਲਈ ਮੇਰੇ ਖਿਆਲ 'ਚ ਰੋਕ ਲਗਾਉਣ ਨੂੰ ਮੰਨ ਗਈ ਹੈ ਔਰ ਐਫੀਡੇਵਿਟ ਤਿਆਰ ਦੇਣ ਨੂੰ ਤਿਆਰ ਹੋ ਗਈ ਹੈ ਸੁਪਰੀਮ ਕੋਰਟ 'ਚ ਜਾ ਕੇ, ਕੀ ਰਹੀ ਅੱਜ ਦੀ ਮੀਟਿੰਗ? ਦੇਖੋ, ਦੋ ਤਰ੍ਹਾਂ ਦੀ ਇਸ ਲੜਾਈ 'ਚੋਂ ਲਗਾਤਾਰ, ਪਹਿਲਾਂ ਸਰਕਾਰ ਬਹੁਤ ਅਫੈਂਸਿਵ ਸੀ ਤੇ ਸਾਡੇ ਖਿਲਾਫ ਇੰਨਾ ਕੂੜ ਪ੍ਰਚਾਰ ਤੇ ਸਾਨੂੰ ਇੰਝ ਲੱਗਦਾ ਸਰਕਾਰ ਸਮਝਦੀ ਸੀ ਕਿ ਇਹਨਾਂ ਨੂੰ ਕਦੇ ਖਲੋਣ ਹੀ ਨਹੀਂ ਦੇਣਾ ਤੇ ਲਾਜ਼ ਹੀ ਚੰਗੇ ਆ ਤੇ ਅਸੀਂ ਵਾਧੇ 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 ਇੱਥੋਂ ਤੱਕ ਆਏ ਹਾਂ ਕਿ ਸਰਕਾਰ ਭਾਵੇਂ ਅੱਜ ਰੱਦ ਕਰਨਾ ਨਹੀਂ ਮੰਨੀ ਪਰ ਇਹਨਾਂ ਨੂੰ ਕਹਿੰਦੇ ਵੀ ਜਿੰਨਾ ਚਿਰ ਤੁਸੀਂ ਅੱਗੇ ਕਰਾਉਣਾ ਕਰਾ ਲਓ, ਸਸਪੈਂਡ ਕਰ ਦਿੰਦੇ ਹਾਂ, ਐਫੀਡੇਵਿਟ ਦੇ ਦਿੰਦੇ ਹਾਂ ਜੀ। ਪਰ ਅਸੀਂ ਇਕਜੁੱਟ ਸੀਗੇ ਕਿ ਨਹੀਂ, ਇਹ ਸਸਪੈਂਡ ਕੀਤੇ ਜਦੋਂ ਮਰਜ਼ੀ ਬਹਾਲ ਕਰ ਲਓ, ਉਹ ਤਾਂ ਸੁਪਰੀਮ ਕੋਰਟ ਵੀ ਕਹਿੰਦੀ ਸਸਪੈਂਡ ਕਰ ਲਓ। ਸਵਾਲ ਤੇ ਸਸਪੈਂਡ ਦਾ ਕੀ ਮਤਲਬ, ਜਿਹੜੀ ਚੀਜ਼ ਗਲਤ ਆ ਉਹਨੂੰ ਰੱਦ ਕਰਨਾ ਚਾਹੀਦਾ ਔਰ ਸਾਡਾ ਫਰਮ ਡਿਟਰਮੀਨੇਸ਼ਨ ਹੈ ਕਿ ਇਹ ਰੱਦ ਕਰਾਉਣਾ ਤੇ ਸਰਕਾਰ ਅੰਡਰ ਪ੍ਰੈਸ਼ਰ ਹੈ ਹੁਣ ਕਿ ਅੱਜ ਇਹਨਾਂ ਨੂੰ ਸਸਪੈਂਡ ਕਰਨ ਤੱਕ ਤੇ ਨਾਲ ਹੀ ਪਰਸੋਂ ਮੀਟਿੰਗ ਰੱਖਦੀ ਹੈ ਤੇ ਜੇ ਸਰਕਾਰ ਪਰਸੋਂ ਫੈਸਲਾ ਨਾ ਕਰ ਸਕੀ ਤਾਂ 26 ਦਾ ਸਾਡਾ ਜਿਹੜਾ ਟਰੈਕਟਰ ਮਾਰਚ ਆ ਜਾਂ ਦਿੱਲੀ ਦੇ ਵਿੱਚ ਜਿਹੜਾ ਕਿਸਾਨ ਪਰੇਡ ਆ, ਇਹ ਹੁਣ ਤੱਕ ਦੇ ਭਾਰਤ ਦੇ ਇਤਿਹਾਸ ਦਾ ਇੱਕ ਨਵਾਂ ਪੰਨਾ ਹੋਏਗਾ ਜੀ। ਜੀ, ਤੋ ਹੁਣ ਜਿਹੜੀ 26 ਜਨਵਰੀ ਦੀ ਪਰੇਡ ਹੈ, ਤੁਹਾਨੂੰ ਲੱਗਦਾ ਕਿ ਉਹਦਾ ਕਾਫੀ ਪ੍ਰੈਸ਼ਰ ਹੈ ਸਰਕਾਰ ਤੇ ਤਾਂ ਹੀ ਛੇਤੀ ਛੇਤੀ ਜਲਦੀ ਜਲਦੀ ਮੀਟਿੰਗਾਂ ਹੋ ਰਹੀਆਂ? ਬਿਲਕੁਲ 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 ਪ੍ਰੈਸ਼ਰ ਹੈ ਜੀ ਤੇ ਸਰਕਾਰ ਤੇ ਪ੍ਰੈਸ਼ਰ ਸਾਨੂੰ ਤਾਂ ਦੇਖਦਾ ਹੈ, ਤੁਹਾਨੂੰ ਵੀ ਦੇਖਦਾ ਹੋਊਗਾ ਤੁਸੀਂ ਜੀ ਜੀ ਸਰਕਾਰ ਹੋ ਤੇ ਟੀਵੀ ਦੇ ਸੰਚਾਲਕ ਹੋ ਵੀ ਅੱਜ ਇੰਨਾ ਪਿੱਛੇ ਹਟ ਕੇ ਕਿ ਅਸੀਂ 1.5 ਸਾਲ ਲਈ ਮੁਅੱਤਲ ਕਰ ਦਿੰਦੇ ਹਾਂ ਤੇ ਪਰਸੋਂ ਮੀਟਿੰਗ ਵੀ ਰੱਖਤੀ ਹੈ ਤੇ ਪਹਿਲਾਂ ਕਿੱਥੋਂ ਚੱਲੇ
26 जनवरी नो ही बिलकुल पीसफुल डेमोस्ट्रेशन करके सारी दुनिया नू दसांगे कि भारत दे किसान जिहड़े आ ਉਹ ਦਿੱਲੀ ਦੇ ਅੰਦਰ ਇਸ ਤਰ੍ਹਾਂ ਐਂਟਰ ਹੋ ਸਕਦੇ ਆ ਅੱਗੇ ਸਰਕਾਰ ਤੇ ਕਿ ਉਹਨੇ ਸ਼ਾਂਤਮਈ ਰੱਖਣਾ ਕਿ ਰੱਖਣਾ ਹੀ ਸ਼ਾਂਤਮਈ ਰੱਖਣਾ ਜੀ ਅੱਛਾ ਸਰਕਾਰ ਨੇ ਪੂਰਾ ਜ਼ੋਰ ਲਾਇਆ ਸੁਪਰੀਮ ਕੋਰਟ 'ਚ ਜਾ ਕੇ ਸਾਰੇ ਹਰਵੇ ਵਰਤੇ ਸਾਰਾ ਜ਼ੋਰ ਲਾ ਦਿੱਤਾ ਕਿ ਜੀ ਇਹ ਨਾ ਹੋਵੇ ਇਹ ਦੇਸ਼ ਵਿਰੋਧੀ ਹੈ 26 ਜਨਵਰੀ ਪ੍ਰਤੀਕ ਹੈ ਭਾਰਤ ਦੇ ਗਣਤੰਤਰ ਦਾ ਇਹਦਿਨ ਪਰੇਡ ਹੋਣੀ ਨਹੀਂ ਚਾਹੀਦੀ ਖਲਲ ਪਏਗਾ ਜੋ ਹੋ ਸਕਦਾ ਸੀ ਅਟਾਰਨੀ ਜਨਰਲ ਨੇ ਸੋਲੀਸਿਟਰ ਜਨਰਲ ਨੇ ਸਾਰੇ ਸਬੂਤ ਵੀ ਪੇਸ਼ ਕੀਤੇ ਲੱਗਦਾ ਸੀ ਵੀ ਸੁਪਰੀਮ ਕੋਰਟ ਸਰਕਾਰ ਦੀ ਗੱਲ ਸੁਣ ਲੇਗਾ ਉਹ ਗੱਲ ਵੱਖਰੀ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਦਖਲ ਅੰਦਾਜ਼ੀ ਨਹੀਂ ਦੇਣੀ ਗੱਲ ਸੁੱਟ ਦਿੱਤੀ ਹੁਣ ਸਾਰੀ ਦਿੱਲੀ ਪੁਲਿਸ ਤੇ ਦਿੱਲੀ ਪੁਲਿਸ ਤੁਹਾਨੂੰ ਆ ਕੇ ਮਿਲ ਰਹੀ ਹੈ ਦਿੱਲੀ ਪੁਲਿਸ ਤੁਹਾਨੂੰ ਰੂਟ ਮੈਪ ਤੈਅ ਹੋ ਰਹੇ ਆ ਤੁਹਾਡੀ ਆਪਸ ਵਿੱਚ ਤਾਲਮੇਲ ਹੁਣ ਹੋ ਰਹੀ ਹੈ ਦਿੱਲੀ ਪੁਲਿਸ ਦੇ ਨਾਲ ਹਾਂਜੀ ਪਰ ਤੁਸੀਂ ਇਹ ਵੇਖੋ ਕਿ ਸੁਪਰੀਮ ਕੋਰਟ ਦੇ ਜੱਜ ਆਪਣੀ ਥਾਂ ਆ ਸਰਕਾਰ ਦੇ ਆਈਐਸ ਆਫੀਸਰ ਆਪਣੀ ਥਾਂ ਆ ਪਰ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਕਿਸਾਨਾਂ ਦੀ ਲੀਡਰਸ਼ਿਪ ਵੀ ਆਪਣੇ ਥਾਂ ਹੈ ਅਸੀਂ ਜਿਹੜੀਆਂ ਚੀਜ਼ਾਂ ਨਾਲ ਕਾਊਂਟਰ ਕਰਨਾ ਸੀ ਅਸੀਂ ਪਹਿਲਾਂ ਇਹਨਾਂ ਨੂੰ ਕਾਊਂਟਰ ਕੀਤਾ ਕਿ ਅਸੀਂ ਆਪਣੇ ਟਰੈਕਟਰਾਂ ਤੇ ਆਪਣੀ ਜਥੇਬੰਦੀ ਦਾ ਝੰਡਾ ਲਾਵਾਂਗੇ ਇੱਕ ਬੰਨੇ ਤੇ ਦੂਸਰੇ ਬੰਨੇ ਅਸੀਂ ਤਿਰੰਗਾ ਵੀ ਲਾਵਾਂਗੇ ਜੀ ਕਿ ਅਸੀਂ ਨੈਸ਼ਨਲ ਵਿਰੋਧੀ ਨਹੀਂ ਹੈਗੇ ਜੀ ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ ਇਸ ਦੇਸ਼ ਦੇ ਵਸਨੀਕ ਹਾਂ ਅਸੀਂ ਆਪਣੇ ਦੇਸ਼ ਦਾ ਝੰਡਾ ਲਾ ਕੇ ਦਿੱਲੀ ਚ ਦਾਖਲ ਹੋ ਸਕਦੇ ਆ ਅਸੀਂ ਵੀ ਇਹਨਾਂ ਨੂੰ ਉਸ ਤਰ੍ਹਾਂ ਕਾਊਂਟਰ ਕਰਾਂਗੇ ਜਿਵੇਂ ਸਾਨੂੰ ਪੁੱਠੇ ਪੁਆਇੰਟ ਤੇ ਕਾਊਂਟਰ ਕਰਨਾ ਚਾਹੁੰਦੇ ਆ ਠੀਕ ਹੈ ਜੀ ਚਲੋ ਹੁਣ ਮੇਰਾ ਲਾਸਟ ਸਵਾਲ ਇੰਨਾ ਹੀ ਹੈ ਕਿ ਦਿੱਲੀ ਪੁਲਿਸ ਜੇ ਤੇ ਅਗਰੈਸਿਵ ਰੁਖ ਅਪਣਾਉਂਦੀ ਹੈ ਫਿਰ ਕਲੈਸ਼ ਹੋਏਗਾ ਪਰ ਜੇ ਦਿੱਲੀ ਪੁਲਿਸ ਨਾਲ ਰਲ ਕੇ ਗੱਲਬਾਤ ਤੈਅ ਕਰਕੇ ਰੂਟ ਬਣ ਕੇ ਸਾਰਾ ਕੁਝ ਅਮਨ ਮਾਨ ਨਾਲ ਹੁੰਦਾ ਹੈ ਤੇ ਫਿਰ ਮੇਰੇ ਖਿਆਲ ਨਾਲ ਸਭ ਦਾ ਇਹਦੇ ਵਿੱਚ ਫਾਇਦਾ ਹੈ ਤੋ ਲੋਕ ਸਭ ਨੂੰ ਡਰ ਸਾਨੂੰ ਬਾਹਰ ਬੈਠਿਆਂ ਨੂੰ ਸਾਰਿਆਂ ਨੂੰ ਇਹੀ ਬਣਿਆ ਹੋਇਆ ਹੈ ਵੀ ਕਿਤੇ ਕੋਈ ਕਲੈਸ਼ ਨਾ ਹੋ ਜਾਏ ਕੋਈ ਚਿੰਗਾੜੀ ਇਹ ਨਾ ਹੋਏ ਕਿ ਅਸੀਂ ਫੁੱਟੇ ਮੁੜ ਕੇ ਭਾਂਬੜ ਬਣ ਜਾਏ ਤਾਂ ਇਹ ਸਭ ਦੀ ਦੁਆ ਹੈ ਪ੍ਰੇਅਰ ਹੈ ਸਭ ਦੀ ਅਰਦਾਸ ਹੈ ਕਿ ਤੁਹਾਡੀ ਜਿਹੜੀ ਸੁੱਖ ਸ਼ਾਂਤੀ ਦੇ ਨਾਲ ਐਡੀ ਵੱਡੀ ਹੁਣ ਰੈਲੀ ਤੇ ਮੇਰੇ ਖਿਆਲ ਹੋ ਕੇ ਰਹੇਗੀ 26 ਵਾਲੀ ਨਾ ਬਿਲਕੁਲ ਜੀ ਹਰ ਹਾਲਤ ਵਿੱਚ ਠੀਕ ਹੈ ਜੀ ਦੂਜਾ ਤੁਸੀਂ ਦੇਖੋ ਕਿ ਅਸੀਂ ਰਿੰਗ ਰੋਡ ਤੇ ਕਰ ਰਹੇ ਹਾਂ ਰਿੰਗ ਰੋਡ ਦਿੱਲੀ ਦੀ ਇੱਕ ਕਿਸਮ ਦੀ ਬਾਈਪਾਸ ਹੈ ਤੇ ਅਸੀਂ ਇੱਕ ਰਾਜਧਾਨੀ ਜਿਹਦੇ ਜਿਸ ਦੇਸ਼ ਦੇ ਅਸੀਂ ਨਾਗਰਿਕ ਹਾਂ ਅਸੀਂ ਉਸ ਬਾਈਪਾਸ ਦੇ ਉੱਤੇ ਆਪਣੇ ਟਰੈਕਟਰਾਂ ਦੇ ਨਾਲ ਘੁੰਮ ਵੀ ਨਹੀਂ ਸਕਦੇ ਰੋਸ ਵੀ ਨਹੀਂ ਪ੍ਰਗਟ ਕਰ ਸਕਦੇ ਇਹ ਕੰਟੈਂਸ਼ਨ ਕਿਹੜੇ ਕਿਸਮ ਦੀ ਕੰਟੈਂਸ਼ਨ ਕਰੂਗੀ ਪੁਲਿਸ ਜਾਣ ਕੇ ਕਰੂਗੀ ਸਾਰੀ ਦੁਨੀਆ ਦੇਖਦੀ ਹੈ ਜੇ ਜਾਣ ਕੇ ਕਰੂਗੀ ਤੇ ਸਰਕਾਰ ਕਰੂਗੀ ਅਸੀਂ ਨਹੀਂ ਕਰਾਂਗੇ ਠੀਕ ਹੈ ਜੀ ਔਰ ਕੋਈ ਪਹਿਲੀ ਵਾਰੀ ਰੈਲੀ ਨਹੀਂ ਆਉਣ ਲੱਗੀ ਇੰਦਰਾ ਗਾਂਧੀ ਦੇ ਟਾਈਮ ਤੋਂ ਲੈ ਕੇ ਪਿਛਲਾ ਸਮਾਂ ਦੇਖੀਏ ਬੀਜੇਪੀ ਦੇ ਟਾਈਮ ਤੋਂ ਲੈ ਕੇ ਜਦੋਂ ਬੀਜੇਪੀ ਆਪੋਜੀਸ਼ਨ 'ਚ ਸੀ ਵੱਡੀਆਂ ਵੱਡੀਆਂ ਰੈਲੀਆਂ ਇਹਨਾਂ ਨੇ ਵੀ ਦਿੱਲੀ ਜਾ ਕੇ ਕੀਤੀਆਂ ਲੱਖਾਂ ਦੇ ਇਕੱਠ ਪਹਿਲਾਂ ਵੀ ਹੋਏ ਆ ਇਹ ਕੋਈ ਨਵਾਂ ਇਕੱਠ ਤੇ ਨਹੀਂ ਹੋਣ ਲੱਗਾ ਕਿਸਾਨਾਂ ਦਾ ਠੀਕ ਹੈ ਵੱਡੀ ਰੈਲੀ ਹੋਏਗੀ ਉਹ ਗੱਲ ਵੱਖਰੀ ਹੈ ਪਰ ਪ੍ਰੋਟੈਸਟ ਤੇ ਸਾਰੇ ਲੋਕ ਕਰਦੇ ਆ ਰਹੇ ਦਿੱਲੀ ਹਮੇਸ਼ਾ ਇੰਨੇ ਸਾਲਾਂ ਤੋਂ ਬਈ ਇਹ ਤਾਂ ਰਾਜ ਸੱਤਾ ਵੀ ਕੱਟ ਕਰਦੇ ਸੀ ਇੱਕ ਦੂਜੇ ਕੋਲ ਗੱਦੀ ਖੋਣ ਵੀ ਕੱਟ ਕਰਦੇ ਸੀ ਸਾਡਾ ਤਾਂ ਕਿਸੇ ਨਾਲ ਗੱਦੀ ਖੋਣ ਦਾ ਕੱਟ ਨਹੀਂ ਸਾਡਾ ਦੇ ਕਿਸਾਨਾਂ ਦਾ ਖੇਤੀਬਾੜੀ ਕਿੱਦਾਂ ਰਵੇ ਤੇ ਕਿਸਾਨ ਕਿੱਦਾਂ ਜੂਦੇ ਰਹਿਣ ਇਹ ਕੱਟ ਆ ਇਹ ਕੋਈ ਦੇਸ਼ ਵਿਰੋਧੀ ਨਹੀਂ ਕਿਸੇ ਦੇ ਵਿਰੋਧੀ ਵੀ ਨਹੀਂ ਸਾਡਾ ਹੱਕ ਆ ਠੀਕ ਹੈ ਜੀ ਚਲੋ ਜੀ ਮਿਹਰਬਾਨੀ ਦਿਤਾਰ ਸਿੰਘ ਜੀ ਔਰ ਤੁਸੀਂ ਜਿੱਦਾਂ ਆਪ ਕਿਹਾ ਕਿ ਇਹ ਪੜਾਅ ਦਰ ਪੜਾਅ ਦੇਖੀਏ ਜਿੱਥੋਂ ਤੁਸੀਂ ਸ਼ੁਰੂ ਹੋਏ ਸੜਕਾਂ ਤੋਂ ਰੇਲਾਂ ਤੋਂ ਪੰਜਾਬ ਤੋਂ ਕਿੱਥੋਂ ਚੱਲੇ ਹੋ ਕਿੱਥੇ ਪਹੁੰਚੇ ਹੋ ਔਰ ਅੱਜ ਜਿੱਥੇ ਪਹੁੰਚ ਗਏ ਹੋ ਇਹ ਆਪਣੇ ਆਪ 'ਚ ਨੋ ਡਾਊਟ ਜਿੱਤ ਹੈ ਪਰ ਜਿੱਤ ਜਿਹੜੀ ਅਸਲੀ ਜਿੱਤ ਹੈ ਉਸ ਤੋਂ ਵੀ ਅਜੇ ਕਾਫੀ ਪਿੱਛੇ ਹੋ ਨਿਸ਼ਾਨਾ ਤੁਹਾਡਾ ਸਾਰਿਆਂ ਨੂੰ ਪਤਾ ਹੈ ਤੁਸੀਂ ਉਸ ਨਿਸ਼ਾਨੇ ਵੱਲ ਨੂੰ ਅੱਗੇ ਵੱਧ ਰਹੇ ਹੋ ਤੇ ਹੁਣ ਤੁਹਾਡੇ ਨਾਲ ਅਸੀਂ ਫਿਰ 22 ਤਰੀਕ ਨੂੰ ਦੁਬਾਰਾ ਗੱਲ ਕਰਾਂਗੇ ਜੀ ਉਹ ਸਾਈ ਜਿੰਨਾ ਵਧਿਆ ਤੁਹਾਡਾ ਵੀ ਬਹੁਤ ਰੋਲ ਹੈ ਜੀ ਤੁਸੀਂ ਸਾਡੀ ਗੱਲ ਨੂੰ ਲੋਕਾਂ ਤੱਕ ਲੈ ਕੇ ਜਾ ਰਹੇ ਹੋ ਤੇ ਸਾਨੂੰ ਸਪੋਰਟ ਮਿਲ ਰਹੀ ਹੈ ਤੁਹਾਡੇ ਵੀ ਧੰਨਵਾਦੀ ਹੈ ਜੀ ਬੜੀ ਮਿਹਰਬਾਨੀ ਦਾਰ ਸਿੰਘ ਜੀ 22 ਤਰੀਕ ਦੀ ਮੀਟਿੰਗ ਤੋਂ ਬਾਅਦ ਫਿਰ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਓਕੇ ਸਰ ਓਕੇ ਥੈਂਕ ਯੂ ਸੋ ਮਚ